70 ਸਾਲ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਤੰਤਰਤਾ ਦਿਹਾੜੇ ਦੇ ਉੱਪਰ ਬੁਲਟ ਪਰੂਫ ਕੈਬਨ ਦੇ ਪਿੱਛੇ ਖੜ ਕੇ ਸੁਤੰਤਰਤਾ ਦਿਵਸ ਦੀਆਂ ਲੋਕਾਂ ਨੂੰ ਮੁਬਾਰਕਾਂ ਦੇਣੀਆਂ ਪਈਆਂ ਹੋਣ ਜਾਂ ਫਿਰ ਆਪਣਾ ਭਾਸ਼ਣ ਪੜ੍ਹਨਾ ਪਿਆ ਹੋਵੇ। 70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ। ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਕੋਲ ਬਿਲਕੁਲ ਸਟੀਕ ਹੈ, ਬਿਲਕੁਲ ਸਹੀ ਹੈ, ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਸੁਤੰਤਰਤਾ ਦਿਹਾੜੇ ਦੇ ਉੱਪਰ ਬੁਲਟ ਪਰੂਫ ਕੈਬਨ ਦੇ ਪਿੱਛੇ ਖੜ ਕੇ ਆਪਣਾ ਭਾਸ਼ਣ ਪੜ੍ਹਨਾ ਪਿਆ? ਕੀ ਇਹ ਵੀ ਇੱਕ ਬਦਲਾਅ ਦੀ ਨਿਸ਼ਾਨੀ ਹੈ ਕਿ ਸੱਚਮੁੱਚ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਹੀ ਹੈ? ਸਵਾਲਾਂ ਦੇ ਘੇਰੇ ਦੇ ਵਿੱਚ ਅੱਜ ਦਾ ਇਹ ਸੁਤੰਤਰਤਾ ਦਿਵਸ ਦੇ ਮੌਕੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਭਾਸ਼ਣ ਹੈ, ਜੋ ਕੈਬਨ ਦੇ ਪਿੱਛੇ ਜਿਹੜੇ ਕਿ ਬੁਲਟ ਪਰੂਫ ਸ਼ੀਸ਼ੇ ਦੇ ਕੈਬਨ ਬਣੇ ਸੀ ਉਹਦੇ ਪਿੱਛੇ ਖੜ੍ਹਨਾ, ਜਿਹੜਾ ਬਿਲਕੁਲ ਕਿ ਸਰਕਾਰ ਨੂੰ ਘਿਰਦਾ ਨਜ਼ਰ ਆ ਰਿਹਾ, ਮੁੱਖ ਮੰਤਰੀ ਸਾਹਿਬ ਘਿਰਦੇ ਹੋਏ ਨਜ਼ਰ ਆ ਰਹੇ ਨੇ। ਸੋ ਉਹ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਲਗਾਤਾਰ ਵਿਰੋਧੀਆਂ ਨੂੰ ਇਹ ਕਹਿ ਕੇ ਘੇਰਦੇ ਸੀ ਕਿ ਜੇਕਰ ਰਾਜਨੀਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਹੈ, ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੋਈ ਖਤਰਾ ਹੈ, ਤਾਂ ਫਿਰ ਉਹਨਾਂ ਨੂੰ ਰਾਜਨੀਤੀ ਛੱਡ ਕੇ ਜਿਹੜੇ ਨੇ ਮੁਰਗੀਖਾਨੇ ਖੋਲ੍ਹ ਲੈਣੇ ਚਾਹੀਦੇ ਨੇ। ਉਹ ਮੁੱਖ ਮੰਤਰੀ ਅੱਜ ਖੁਦ ਆਪਣੇ ਰਾਜ ਦੇ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੋਇਆ ਬੁਲਟ ਪਰੂਫ ਕੈਬਨ ਦੇ ਪਿੱਛੇ ਖੜ੍ਹ ਕੇ ਇੰਨੀ ਸੁਰੱਖਿਆ ਫੋਰਸ ਹੋਣ ਦੇ ਬਾਵਜੂਦ ਜਿਹੜਾ ਸੁਤੰਤਰਤਾ ਦਿਵਸ ਦੇ ਉੱਪਰ ਹੈ ਆਪਣਾ ਭਾਸ਼ਣ ਦਿੰਦਾ ਹੋਇਆ ਦਿਖਾਈ ਦਿੱਤਾ। ਸੋ ਖੁਦ ਲੋਕ ਜਾਣ ਸਕਦੇ ਨੇ ਕਿ ਆਖਰ ਉਹ ਕਿੰਨੇ ਕੁ ਸੁਰੱਖਿਅਤ ਨੇ, ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਮਾਹੌਲ ਕੀ ਹੈ। ਸੋ ਦੱਸ ਦਈਏ ਕਿ ਬੁਲਟ ਪਰੂਫ ਸ਼ੀਸ਼ੇ ਨਾਲ ਕਵਰ ਸਟੇਜ ਉੱਤੇ ਸੀਐਮ ਮਾਨ ਵੀਰਵਾਰ ਨੂੰ ਜਲੰਧਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਭਾਸ਼ਣ ਦਿੰਦੇ ਹੋਏ ਦਿਖਾਈ ਦਿੱਤੇ ਨੇ। ਬੁਲਟ ਪਰੂਫ ਸ਼ੀਸ਼ੇ ਦੀ ਸਕਰੀਨ ਦੀ ਕੀਮਤ 16 ਲੱਖ ਰੁਪਏ ਦੱਸੀ ਗਈ ਹੈ। ਸੋ ਅਤੇ ਇਸ ਤੋਂ ਵਿਸ਼ੇਸ਼ ਤੌਰ 'ਤੇ ਪੰਜਾਬ ਪੁਲਿਸ ਨੇ ਸਮਾਗਮ ਤੋਂ ਪਹਿਲਾਂ ਖਰੀਦਿਆ ਸੀ। ਇਸ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਮਾਨ ਸਰਕਾਰ ਅਤੇ ਭਗਵੰਤ ਮਾਨ ਕਾਨੂੰਨ ਵਿਵਸਥਾ ਨੂੰ ਲੈ ਕੇ ਆ ਗਏ ਨੇ। ਸੋ ਲਗਾਤਾਰ ਵਿਰੋਧੀਆਂ ਦੇ ਵੱਲੋਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਸੋ ਦੱਸ ਦਈਏ ਕਿ ਕਾਂਗਰਸ ਦੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ, ਰੈਲੀਆਂ ਵਿੱਚ ਰੋਜ਼ਾਨਾ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਜ਼ਾਦੀ ਦਿਵਸ 'ਤੇ ਬੁਲਟ ਪਰੂਫ ਸਟੇਜ ਰਾਹੀਂ ਦੇਸ਼ ਭਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਪੰਜਾਬ ਅਣਸੁਰੱਖਿਅਤ ਹੋ ਗਿਆ, 70 ਸਾਲਾਂ ਵਿੱਚ ਇਹ ਬਦਲਾਅ ਪਹਿਲੀ ਵਾਰ ਹੋਇਆ। ਰੈਲੀਆਂ ਵਿੱਚ ਰੋਜ਼ਾਨਾ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਜ਼ਾਦੀ ਦਿਵਸ 'ਤੇ ਬੁਲਟ ਪਰੂਫ ਸਟੇਜ ਰਾਹੀਂ ਦੇਸ਼ ਭਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਨੇ ਇਹ ਕਹਿੰਦੇ ਹੋਏ ਨਜ਼ਰ ਆਏ ਨੇ। 70 ਸਾਲਾਂ ਦੇ ਵਿੱਚ ਇਹ ਬਦਲਾਅ ਪਹਿਲੀ ਵਾਰ ਦੇਖਿਆ। ਸੋ ਗੱਲ ਕਰੀਏ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਦੇ ਵੱਲੋਂ ਇਸ ਤਰੀਕੇ ਦੇ ਨਾਲ ਅੱਜ ਮੁੱਖ ਮੰਤਰੀ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਆਜ਼ਾਦੀ ਦਿਵਸ 'ਤੇ ਬੁਲਟ ਪਰੂਫ ਕੈਬਨ ਵਿੱਚ ਭਾਸ਼ਣ ਦਿੱਤਾ। ਜੇ ਮੁੱਖ ਮੰਤਰੀ ਜੀ ਸੁਰੱਖਿਅਤ ਨਹੀਂ ਫਿਰ ਬਾਕੀ ਗੱਲ ਛੱਡੋ, ਸ਼ਾਇਦ ਹੁਣ ਭਗਵੰਤ ਮਾਨ ਜੀ ਨੂੰ ਮੁਰਗੀਖਾਨਾ ਖੋਲ੍ਹ ਲੈਣਾ ਚਾਹੀਦਾ। ਸੋ ਕਾਂਗਰਸ ਦੇ ਇਹ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਵੱਲੋਂ ਇਹ ਤੰਜ ਭਰੀ ਹੋਈ ਪੋਸਟ ਪਾਈ ਗਈ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ, ਜਿਹਨਾਂ ਦੇ ਉੱਪਰ ਲਗਾਤਾਰ ਆਪਣੇ ਹਰ ਇੱਕ ਭਾਸ਼ਣ ਦੇ ਵਿੱਚ ਤਿੱਖਾ ਹਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਂਦਾ, ਉਹਨਾਂ ਵੱਲੋਂ ਵੀ ਇਸ ਮਾਮਲੇ ਦੇ ਉੱਪਰ ਮਾਨ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਕਹੀਏ ਭਗਵੰਤ ਮਾਨ ਜੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ 'ਤੇ ਲਿਖਿਆ ਹੈ, ਆਜ਼ਾਦੀ ਦਿਹਾੜੇ ਮੌਕੇ ਬੁਲਟ ਪਰੂਫ ਸ਼ੀਸ਼ੇ ਵਿੱਚ ਗੱਪਾਂ ਸੁਣਾਉਣ ਵਾਲਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਣਿਆ ਭਗਵੰਤ ਮਾਨ। ਪਿਛਲੇ ਸਮੇਂ ਤੰਜ ਕਰ ਕੱਸਦਾ ਹੁੰਦਾ ਸੀ
ਕਿ ਜੇ ਚੰਗੇ ਕੰਮ ਕੀਤੇ ਹੋਣ ਤਾਂ ਡਰਨਾ ਨਹੀਂ ਪੈਂਦਾ। ਕੀ ਗੱਲ, ਤੂੰ 2.5 ਸਾਲਾਂ ਵਿੱਚ ਹੀ ਡਰ ਗਿਆ। ਸੋ ਇਹ ਉਹ ਪੋਸਟ ਹੈ ਜਿਹੜੀ ਕਿ ਹੁਣ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪਾਈ ਗਈ ਹੈ। ਦੱਸ ਦਈਏ ਕਿ ਅੱਜ ਆਜ਼ਾਦੀ ਦਿਹਾੜੇ ਦੇ ਉੱਪਰ ਜਲੰਧਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿਹੜਾ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਗਈ ਸੀ। ਅਤੇ ਦੱਸ ਦਈਏ ਕਿ ਇੱਥੇ ਜਦੋਂ ਹੁਣ ਉਹਨਾਂ ਨੇ ਭਾਸ਼ਣ ਦੇਣਾ ਸੀਗਾ, ਸੰਬੋਧਨ ਕਰਨਾ ਸੀ, ਆਪਾਂ ਕਹੀਏ ਪੂਰੇ ਸੂਬੇ ਨੂੰ ਸੰਬੋਧਨ ਕਰਨਾ ਸੀ, ਸੋ ਉੱਥੇ ਉਹ ਇੱਕ ਬੁਲੇਟ ਪਰੂਫ ਸ਼ੀਸ਼ੇ ਦੇ ਕੈਬਨ ਦੇ ਪਿੱਛੇ ਖੜ ਕੇ ਆਪਣਾ ਭਾਸ਼ਣ ਦਿੰਦੇ ਹੋਏ ਦਿਖਾਈ ਦਿੱਤੇ, ਜਦੋਂ ਕਿ ਸੁਰੱਖਿਆ ਦੇ ਵਿੱਚ ਕੋਈ ਕਮੀ ਨਹੀਂ ਸੀ। ਲਗਾਤਾਰ ਆਜ਼ਾਦੀ ਦਿਹਾੜੇ ਦੇ ਉੱਪਰ ਦੇ ਸੰਬੰਧ ਦੇ ਵਿੱਚ ਸੁਰੱਖਿਆ ਫੋਰਸਾਂ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ। ਲਗਾਤਾਰ ਨਾਕੇਬੰਦੀ ਕੀਤੀ ਜਾ ਰਹੀ ਸੀ, ਸਰਚ ਚੱਲ ਰਹੀ ਸੀ ਲੋਕਾਂ ਦੀ, ਲਗਾਤਾਰ ਗੱਡੀਆਂ ਨੂੰ ਲੋਕਾਂ ਨੂੰ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕਿ ਕੋਈ ਆਜ਼ਾਦੀ ਦਿਹਾੜੇ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ। ਲੇਕਿਨ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ, ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਦੇ ਬਾਵਜੂਦ, ਪੁਲਿਸ ਦੇ ਵੱਡੇ ਅਫਸਰ ਉਹਨਾਂ ਦੇ ਇਰਦ ਗਿਰਦ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਹਿਬ ਦਾ ਬੁਲੇਟ ਪਰੂਫ ਸ਼ੀਸ਼ੇ ਦੇ ਪਿੱਛੇ ਖੜ ਕੇ ਭਾਸ਼ਣ ਦੇਣਾ ਕਿਤੇ ਨਾ ਕਿਤੇ ਸੁਰੱਖਿਆ ਦੇ ਉੱਪਰ, ਸੂਬੇ ਦੀ ਸੁਰੱਖਿਆ ਦੇ ਉੱਪਰ, ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਪਰ ਕਿਤੇ ਨਾ ਕਿਤੇ ਸਵਾਲ ਖੜ੍ਹੇ ਕਰਦਾ। ਸੋ ਇਸੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਸਾਹਿਬ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆ ਗਏ ਨੇ। ਸੋ ਲਗਾਤਾਰ ਜੇਕਰ ਪਹਿਲਾਂ ਦੀ ਗੱਲ ਕਰੀਏ, ਜਦੋਂ ਸੱਤਾ ਧਿਰ ਦੂਜੀਆਂ ਪਾਰਟੀਆਂ ਹੁੰਦੇ ਸੀ ਤਾਂ ਮੁੱਖ ਮੰਤਰੀ ਸਾਹਿਬ, ਜੋ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਜੀ ਲਗਾਤਾਰ ਵਿਰੋਧੀਆਂ ਨੂੰ ਘੇਰਦੇ ਹੁੰਦੇ ਸੀ ਕਿ ਜੇਕਰ ਤੁਸੀਂ ਨੇ ਸਹੀ ਤਰੀਕੇ ਨਾਲ ਕੰਮ ਕੀਤੇ ਨੇ, ਲੋਕ ਹਿਤੈਸ਼ੀ ਫੈਸਲੇ ਲਏ ਨੇ, ਤਾਂ ਫਿਰ ਤੁਹਾਨੂੰ ਡਰ ਕਾਹਦਾ ਹੈ। ਸੋ ਕਹਿੰਦੇ ਸੀ ਕਿ ਜਿਵੇਂ ਕਿ ਮੈਂ, ਜਦੋਂ ਕਿ ਉਹ MPC ਉਹ ਕਹਿੰਦੀ ਜਿਵੇਂ ਮੈਂ ਆਮ ਲੋਕਾਂ ਦੇ ਵਿੱਚ ਸੱਥਾਂ ਦੇ ਵਿੱਚ ਬਿਨਾਂ ਸੁਰੱਖਿਆ ਤੋਂ ਆਉਣਾ, ਉਹਨਾਂ ਨੂੰ ਵੀ ਆਉਣਾ ਚਾਹੀਦਾ। ਸੋ ਲੇਕਿਨ ਹੁਣ ਜਦੋਂ ਆਪ CM ਬਣੇ ਨੇ, ਆਪਣੇ ਕੋਲ ਸੱਤਾ ਆਈ ਹੈ, ਹੁਣ ਉਸੇ ਸੁਰੱਖਿਆ ਦੇ ਵਿੱਚ ਕਿਤੇ ਨਾ ਕਿਤੇ ਘਬਰਾਹਟ ਮੁੱਖ ਮੰਤਰੀ ਸਾਹਿਬ ਨੂੰ ਵੀ ਹੋ ਰਹੀ ਹੈ। ਸੋ ਦੱਸ ਦਈਏ ਕਿ ਲਗਾਤਾਰ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਜਾਂਦੇ ਨੇ, ਉੱਥੇ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਨੇ। ਵੱਡੀ ਨਫਰੀ ਦੇ ਵਿੱਚ ਸੁਰੱਖਿਆ ਫੋਰਸਾਂ ਨੇ ਜਿਹੜੀਆਂ ਮੁੱਖ ਮੰਤਰੀ ਸਾਹਿਬ ਦੇ ਨਾਲ ਚੱਲਦੀਆਂ ਨੇ। ਹੁਣ ਜਦੋਂ ਆਜ਼ਾਦੀ ਦਿਹਾੜੇ ਦੀ ਗੱਲ ਆਈ ਹੈਗੀ, ਅਤੇ ਜਿਹੜੇ ਕਿ ਆਮ, ਹੁਣ ਆਪਾਂ ਪਿਛਲੇ ਇਲੈਕਸ਼ਨ ਦੇ ਵਿੱਚ ਦੇਖਿਆ, ਲਗਾਤਾਰ ਆਮ ਲੋਕਾਂ ਦੇ ਵਿੱਚ ਉਹ ਰੈਲੀਆਂ ਦੇ ਵਿੱਚ ਭਾਸ਼ਣ ਦਿੰਦੇ ਹੋਏ ਦਿਖਾਈ ਦੇ ਰਹੇ ਸੀ। ਪਰ ਪਿਛਲੇ ਦਿਨਾਂ ਦੇ ਵਿੱਚ ਹੁਣ ਜੇਕਰ ਗੱਲ ਕਰੀਏ, ਕੇਂਦਰ ਸਰਕਾਰ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ, ਕਿ ਕਾਨੂੰਨ ਵਿਵਸਥਾ ਪੰਜਾਬ ਦੀ ਠੀਕ ਨਹੀਂ ਸੀ। ਉਸਦਾ ਜਵਾਬ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੇਂਦਰ ਨੂੰ ਭੇਜ ਦਿੱਤਾ ਗਿਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕਾਨੂੰਨ ਵਿਵਸਥਾ ਪੰਜਾਬ ਦੇ ਬਿਲਕੁਲ ਵਿੱਚ ਬਿਲਕੁਲ ਸਹੀ ਹੈ, ਬਿਲਕੁਲ ਸਟੀਕ ਹੈ। ਜਿਹੜੀਆਂ ਛੁੱਟ ਪੁੱਟ ਕੁਝ ਘਟਨਾਵਾਂ ਜਿਨ੍ਹਾਂ ਦੀ ਗੱਲ ਕੇਂਦਰ ਵੱਲੋਂ ਕੀਤੀ ਗਈ ਸੀ, ਉਹਨਾਂ ਦੇ ਉੱਪਰ ਵੀ ਕਹਿ ਰਹੇ ਸੀ ਕਿ ਕਾਬੂ ਪਾ ਲਿਆ ਜਾਏਗਾ। ਲੇਕਿਨ ਜੇਕਰ ਮੁੱਖ ਮੰਤਰੀ ਸਾਹਿਬ ਇੰਨੇ ਆਸਵਸਤ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ, ਫਿਰ ਉਹਨਾਂ ਨੂੰ ਬੁਲੇਟ ਪਰੂਫ ਕੈਬਨ ਦੀ ਆਖਰ ਜ਼ਰੂਰਤ ਕੀ ਪੈ ਗਈ ਆਪਣੇ ਲੋਕਾਂ ਦੇ ਵਿੱਚ ਖੜ੍ਹ ਕੇ? ਕਿਉਂਕਿ ਉਹ ਕਹਿੰਦੇ ਨੇ ਮੈਂ ਆਮ ਲੋਕਾਂ ਗਾ, ਆਮ ਲੋਕਾਂ ਦਾ ਭੈਣ ਭਰਾਵਾਂ ਵਾਂਗ ਰਹਿਣਾ ਗਾ, ਕਿਤੇ ਵੀ ਲੋਕ ਖੜਾ ਕੇ ਮੇਰੇ ਨਾਲ ਸੈਲਫੀਆਂ ਕਰਨ ਲੱਗ ਜਾਂਦੇ ਨੇ, ਕਿਤੇ ਵੀ ਲੋਕ ਖੜਾ ਕੇ ਮੇਰੇ ਨਾਲ ਗੱਲਬਾਤ ਕਰਨ ਲੱਗ ਜਾਂਦੇ ਨੇ, ਦੁੱਖ ਸੁੱਖ ਸਾਂਝੇ ਕਰਨ ਲੱਗ ਜਾਂਦੇ ਨੇ, ਫਿਰ ਆਮ ਲੋਕਾਂ ਦਾ ਮਸੀਹਾ ਬਣੇ ਮੁੱਖ ਮੰਤਰੀ ਸਾਹਿਬ, ਆਖਰ ਡਰ ਕਿਸ ਗੱਲ ਤੋਂ ਗਏ ਨੇ? ਕਿਉਂ ਉਹਨਾਂ ਨੂੰ ਇੰਨੀ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਬੁਲੇਟ ਪਰੂਫ ਕੈਬਨ ਦੀ ਓਡ ਲੈਣੀ ਪਈ ਹੈ? ਜਿਹੜਾ ਆਪਣਾ ਭਾਸ਼ਣ ਹੈ ਉਹ ਬੁਲੇਟ ਪਰੂਫ ਕੈਬਨ ਦੇ ਵਿੱਚੋਂ ਦੇਣਾ ਪਿਆ, ਜਿਸ ਤੋਂ ਬਾਅਦ ਲਗਾਤਾਰ ਹੁਣ ਜਿੱਥੇ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਘੇਰਿਆ ਗਿਆ, ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵੀ ਘੇਰ ਲਿਆ ਗਿਆ। ਦੱਸ ਦਈਏ ਕਿ ਜਦੋਂ
ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਸੱਤਾ ਦੇ ਵਿੱਚ ਨਹੀਂ ਸੀ, ਉਹ MP ਸੀਗੇ, ਤਾਂ ਉਦੋਂ ਲਗਾਤਾਰ ਅਕਾਲੀ ਦਲ ਨੂੰ, ਖਾਸ ਤੌਰ 'ਤੇ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਘੇਰਦੇ ਹੁੰਦੇ ਸੀ ਇਹ ਗੱਲ ਕਹਿ ਕੇ ਕਿ ਉਹ ਜਦੋਂ ਲੰਘਦੇ ਨੇ ਤਾਂ ਵੱਡੇ ਵੱਡੇ ਕਾਫਲੇ ਦੇ ਵਿੱਚ ਚੱਲਦੇ ਸੀ। ਆਖਿਰ ਉਹਨਾਂ ਨੂੰ ਡਰ ਕਿਸ ਗੱਲ ਦਾ? ਜੇਕਰ ਡਰ ਹੈ, ਜੇਕਰ ਕਿਸੇ ਵਿਅਕਤੀ ਨੂੰ ਵੀ ਡਰ ਹੈ, ਤਾਂ ਉਸ ਨੂੰ ਸੱਤਾ ਤੋਂ, ਰਾਜਨੀਤੀ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕੋਈ ਹੋਰ ਕੰਮ ਕਾਰ ਕਰ ਲੈਣਾ ਚਾਹੀਦਾ, ਉਹਨਾਂ ਨੂੰ ਪੋਲਟਰੀ ਫਾਰਮ ਖੋਲ੍ਹ ਲੈਣੇ ਚਾਹੀਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਜੀ ਪਹਿਲਾਂ ਕਰਦੇ ਹੁੰਦੇ ਸੀ, ਅਤੇ ਇਸੇ ਗੱਲ ਨੂੰ ਲੈ ਕੇ ਹੁਣ ਸੁਖਵਿੰਦਰ ਸਿੰਘ ਜਿਹੜੇ ਕੋਟਲੀ ਨੇ ਵਿਧਾਇਕ ਨੇ ਕਾਂਗਰਸੀ, ਉਹਨਾਂ ਦੇ ਵੱਲੋਂ ਵੀ ਘੇਰਿਆ ਗਿਆ ਅਤੇ ਨਾਲ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਜੇਕਰ ਹੁਣ ਕਿਸੇ ਗੱਲ ਦਾ ਡਰ ਹੈ ਤਾਂ ਉਹਨਾਂ ਨੂੰ ਪੋਲਟਰੀ ਫਾਰਮ ਖੋਲ੍ਹ ਲੈਣਾ ਚਾਹੀਦਾ। ਸੋ ਲਗਾਤਾਰ ਤਿੱਖੇ ਹਮਲੇ ਦਾ ਸ਼ਿਕਾਰ ਇਸ ਕੈਬਨ ਦੇ ਕਾਰਨ, ਬੁਲਟ ਪਰੂਫ ਕੈਬਨ ਦੇ ਪਿੱਛੇ ਦਿੱਤੇ ਭਾਸ਼ਣ ਦੇ ਕਾਰਨ ਮੁੱਖ ਮੰਤਰੀ ਸਾਹਿਬ ਹੋ ਰਹੇ ਨੇ। ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾ TV ਦੇ ਨਾਲ।